ਪੰਜਾਬ ਦੇ ਆਈਪੀਐਸ ਜੋੜੇ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੀ 4 ਸਾਲ ਦੀ ਧੀ ਦਾ ਦੇਹਾਂਤ ਹੋ ਗਿਆ। ਦੱਸ ਦਈਏ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ SSP ਰਵਜੋਤ ਗਰੇਵਾਲ ਜਿਨ੍ਹਾਂ ਦੀ ਧੀ ਨਾਇਰਾ, ਉਹਨਾਂ ਦਾ ਅੱਜ ਦੇਹਾਂਤ ਹੋਇਆ ਔਰ ਨਾਇਰਾ ਦੇ ਪਿਤਾ ਉਹ ਵੀ SSP ਨੇ ਜਗਰਾਓਂ ਤੋਂ। ਤਾਂ ਇਹ ਦੋਵੇਂ ਆਈਪੀਐਸ ਜੋੜੇ ਜਿਨ੍ਹਾਂ ਦੀ ਧੀ 4 ਸਾਲ ਦੀ ਨਾਇਰਾ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਮਾਸੂਮ ਬੱਚੀ ਦੇ ਗਲੇ ਦੇ ਵਿੱਚ ਖਾਣਾ ਫਸਣ ਕਰਕੇ ਮੌਤ ਹੋ ਗਈ, ਦਮ ਘੁੱਟਿਆ ਗਿਆ, ਜਿਸ ਕਰਕੇ ਉਸਦਾ ਦਮ ਘੁੱਟਿਆ ਗਿਆ ਅਤੇ ਮੌਤ ਹੋ ਗਈ। ਪੰਜਾਬ ਦੇ ਆਈਪੀਐਸ ਪਤੀ ਪਤਨੀ ਦੋਵੇਂ ਨੇ ਇੱਕ ਜਗਰਾਓਂ ਦੇ ਵਿੱਚ ਬਤੌਰ SSP ਔਰ ਮਾਸੂਮ ਬੱਚੀ ਦੀ ਮਾਤਾ ਰਵਜੋਤ ਗਰੇਵਾਲ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਤੌਰ SSP ਨੇ, ਉਹਨਾਂ ਦੀ ਇਹ ਮਾਸੂਮ ਧੀ 4 ਸਾਲ ਦੀ ਉਮਰ ਸੀ ਨਾਇਰਾ, ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਮ੍ਰਿਤਕ ਬੱਚੀ ਨਾਇਰਾ ਦਾ ਅੰਤਿਮ ਸੰਸਕਾਰ 30 ਅਪ੍ਰੈਲ ਨੂੰ ਮੋਹਾਲੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਹੋਵੇਗਾ। ਇਸ ਮੌਕੇ ਜਗਰਾਓਂ, ਲੁਧਿਆਣਾ ਦਿਹਾਤੀ ਪੁਲਿਸ, ਸ਼੍ਰੀ ਫਤਿਹਗੜ੍ਹ ਸਾਹਿਬ ਪੁਲਿਸ ਅਤੇ ਸਿਆਸੀ ਲੋਕਾਂ ਸਮੇਤ ਵੱਖ ਵੱਖ ਸੰਗਠਨਾਂ ਦੇ ਆਗੂਆਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਤਾਂ ਦੱਸ ਦਈਏ ਕਿ IPS ਜੋੜਾ ਡਾਕਟਰ ਰਵਜੋਤ ਗਰੇਵਾਲ ਅਤੇ ਨਵਨੀਤ ਬੈਂਸ, ਉਹਨਾਂ ਦੀ ਧੀ ਨਾਇਰਾ ਜਿਸ ਦੀ ਉਮਰ 4 ਸਾਲ ਦੀ ਸੀ, ਗਲੇ ਦੇ ਵਿੱਚ ਖਾਣਾ ਫਸਣ ਕਰਕੇ ਅੱਜ ਉਸਦੀ ਮੌਤ ਹੋ ਗਈ। ਤਾਂ IPS ਜੋੜੇ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਵੱਡਾ ਸਦਮਾ ਜਿਹੜਾ ਲੱਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਤੌਰ SSP ਨੇ ਰਵਜੋਤ ਗਰੇਵਾਲ ਅਤੇ ਉਹਨਾਂ ਦੇ ਪਤੀ ਜਗਰਾਓਂ ਦੇ SSP ਨੇ ਨਵਨੀਤ ਬੈਂਸ, ਤਾਂ ਉਹਨਾਂ ਦੀ ਮਾਸੂਮ ਧੀ 4 ਸਾਲ ਦੀ ਜਿਸ ਦਾ ਅੱਜ ਦੇਹਾਂਤ ਹੋ ਗਿਆ। ਪੰਜਾਬ ਦੇ IPS ਜੋੜੇ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੀ 4 ਸਾਲ ਦੀ ਧੀ ਦਾ ਦੇਹਾਂਤ ਹੋ ਗਿਆ। ਦੱਸ ਦਈਏ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ SSP ਰਵਜੋਤ ਗਰੇਵਾਲ ਜਿਨ੍ਹਾਂ ਦੀ ਧੀ ਨਾਇਰਾ, ਉਹਨਾਂ ਦਾ ਅੱਜ ਦੇਹਾਂਤ ਹੋਇਆ ਔਰ ਨਾਇਰਾ ਦੇ ਪਿਤਾ ਉਹ ਵੀ SSP ਨੇ ਜਗਰਾਓਂ ਤੋਂ। ਤਾਂ ਇਹ ਦੋਵੇਂ IPS ਜੋੜੇ ਜਿਨ੍ਹਾਂ ਦੀ ਧੀ 4 ਸਾਲ ਦੀ ਨਾਇਰਾ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਮਾਸੂਮ ਬੱਚੀ ਦੇ ਗਲੇ ਦੇ ਵਿੱਚ ਖਾਣਾ ਫਸਣ ਕਰਕੇ ਮੌਤ ਹੋ ਗਈ, ਦਮ ਘੁੱਟਿਆ ਗਿਆ, ਜਿਸ ਕਰਕੇ ਉਸਦਾ ਦਮ ਘੁੱਟਿਆ ਗਿਆ ਅਤੇ ਮੌਤ ਹੋ ਗਈ। ਪੰਜਾਬ ਦੇ IPS ਪਤੀ ਪਤਨੀ ਦੋਵੇਂ ਨੇ ਇੱਕ ਜਗਰਾਓਂ ਦੇ ਵਿੱਚ ਬਤੌਰ SSP ਔਰ ਮਾਸੂਮ ਬੱਚੀ ਦੀ ਮਾਤਾ ਰਵਜੋਤ ਗਰੇਵਾਲ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਤੌਰ SSP ਨੇ, ਉਹਨਾਂ ਦੀ ਇਹ ਮਾਸੂਮ ਧੀ 4 ਸਾਲ ਦੀ ਉਮਰ ਸੀ ਨਾਇਰਾ, ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਮ੍ਰਿਤਕ ਬੱਚੀ ਨਾਇਰਾ ਦਾ ਅੰਤਿਮ ਸੰਸਕਾਰ 30 ਅਪ੍ਰੈਲ ਨੂੰ ਮੋਹਾਲੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਹੋਵੇਗਾ। ਇਸ ਮੌਕੇ ਜਗਰਾਓਂ, ਲੁਧਿਆਣਾ ਦਿਹਾਤੀ ਪੁਲਿਸ, ਸ਼੍ਰੀ ਫਤਿਹਗੜ੍ਹ ਸਾਹਿਬ ਪੁਲਿਸ ਅਤੇ ਸਿਆਸੀ ਲੋਕਾਂ ਸਮੇਤ ਵੱਖ ਵੱਖ ਸੰਗਠਨਾਂ ਦੇ ਆਗੂਆਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਤਾਂ ਦੱਸ ਦਈਏ ਕਿ IPS ਜੋੜਾ ਡਾਕਟਰ ਰਵਜੋਤ ਗਰੇਵਾਲ ਅਤੇ ਨਵਨੀਤ ਬੈਂਸ, ਉਹਨਾਂ ਦੀ ਧੀ ਨਾਇਰਾ ਜਿਸ ਦੀ ਉਮਰ 4 ਸਾਲ ਦੀ ਸੀ, ਗਲੇ ਦੇ ਵਿੱਚ ਖਾਣਾ ਫਸਣ ਕਰਕੇ ਅੱਜ ਉਸਦੀ ਮੌਤ ਹੋ ਗਈ। ਤਾਂ IPS ਜੋੜੇ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਵੱਡਾ ਸਦਮਾ ਜਿਹੜਾ ਲੱਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਤੌਰ SSP ਨੇ ਰਵਜੋਤ ਗਰੇਵਾਲ ਅਤੇ ਉਹਨਾਂ ਦੇ ਪਤੀ ਜਗਰਾਓਂ ਦੇ SSP ਨੇ ਨਵਨੀਤ ਬੈਂਸ, ਤਾਂ ਉਹਨਾਂ ਦੀ ਮਾਸੂਮ ਧੀ 4 ਸਾਲ ਦੀ ਜਿਸ ਦਾ ਅੱਜ ਦੇਹਾਂਤ ਹੋ ਗਿਆ।